1947 ਦੀ ਵੰਡ ਵੇਲੇ ਵਿਛੜੇ ਬਾਬਾ ਬਸ਼ੀਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਆਪਣੇ ਦੁੱਖ ਦੱਸਦਿਆਂ ਭਾਰਤੀ ਵਿਦੇਸ਼ ਮੰਤਰਾਲੇ ਤੋਂ ਭਾਰਤ ਵਿੱਚ ਰਹਿੰਦੇ ਆਪਣੇ ਪਰਿਵਾਰ ਜੋ ਦੇਸ਼ ਦੀ ਵੰਡ ਵਿੱਚ ਵਿਛੜ ਗਏ ਸੀ ਉਹਨਾਂ ਤੋਂ ਮਿਲਣ ਦੀ ਗੁਹਾਰ ਲਗਾਈ ਹੈ। ਪਾਕਿਸਤਾਨ ਵਿੱਚ ਰਹਿ ਰਹੇ ਬਾਬਾ ਬਸ਼ੀਰ ਦਾ ਜਨਮ ਕੋਟਕਪੁਰਾ ਦੇ ਪਿੰਡ ਪੰਚਗਰਾਈ ਕਲਾਂ 'ਚ ਹੋਇਆ। 1947 ਦੇ ਭਾਰਤ ਵੰਡ ਸਮੇਂ ਬਾਬਾ ਬਸ਼ੀਰ ਪਾਕਿਸਤਾਨ ਦੇ ਹਿੱਸੇ ਵਿੱਚ ਪਹੁੰਚ ਗਏ, ਜਦਕਿ ਉਹਨਾਂ ਦਾ ਪੂਰਾ ਪਰਿਵਾਰ ਭਾਰਤ ਵਿੱਚ ਰਹਿ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਬਾਬਾ ਬਸ਼ੀਰ ਨੇ ਭਾਰਤੀ ਵਿਦੇਸ਼ ਮੰਤਰੀ ਤੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਗੁਹਾਰ ਲਗਾਈ ਹੈ। ਬਾਬਾ ਬਸ਼ੀਰ ਦਾ ਪੂਰਾ ਪਰਿਵਾਰ ਅਤੇ ਉਹਨਾਂ ਦੇ ਦੋਸਤ ਬਾਬਾ ਬਸ਼ੀਰ ਨੂੰ ਮਿਲਣ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਨੇ। ਜ਼ਿਲ੍ਹਾ ਫਰੀਦਕੋਟ ਦੇ ਘੁੱਗਵਾਸ ਦੇ ਪਿੰਡ ਪੰਜਗਿਰੀ ਤੋਂ ਪਹੁੰਚੇ ਹਾਂ, ਜਿੱਥੇ ਕਿ 1947 ਵਿੱਚ ਪਾਕਿਸਤਾਨ ਦੀ ਵੰਡ ਦੌਰਾਨ ਪਰਿਵਾਰ ਕੁਝ ਵਿਛੜ ਗਏ ਸੀ। ਉਸ ਦੀ ਕੜੀ ਤਹਿਤ ਅੱਜ ਅਸੀਂ ਪੰਜਗਿਰੀ ਦੇ ਵਿੱਚ ਪਹੁੰਚੇ ਹਾਂ, ਜਿੱਥੇ ਕਿ ਬਸ਼ੀਰ ਅਹਿਮਦ ਉਰਫ ਕਰਮ ਸਿੰਘ ਦਾ ਕੁਝ ਪਰਿਵਾਰ ਇੱਥੇ ਮੌਜੂਦ ਹੈ ਸਾਡੇ ਨਾਲ, ਅਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਦੇ ਇੱਕ ਸਾਥੀ ਵੀ ਸਾਡੇ ਨਾਲ ਇਸ ਟਾਈਮ ਮੌਜੂਦ ਨੇ, ਜੋ ਉਹਨਾਂ ਨੇ ਬਚਪਨ ਬਿਤਾਇਆ, ਅਤੇ ਉਹਨਾਂ ਬਚਪਨ ਤਾਂ ਜੀ ਬਹੁਤ ਹੀ ਚੰਗਾ ਹੀ ਨਿਭਿਆ ਉਦੋਂ, ਇਸ ਗੱਲ ਦਾ ਕਾਲ ਪੁਰਖ ਨੇ ਜਦੋਂ ਪਾਇਆ ਵਕਤ ਉਹਨਾਂ ਤੇ, ਉਦੋਂ ਸਾਡੇ ਨਾਲ ਉਹ ਵਿਛੜ ਗਏ, ਉਹਨਾਂ ਨੂੰ ਲੈ ਗਏ। ਬਾਅਦ ਦੇ ਵਿੱਚ ਉਹ ਇੱਥੇ ਰਹਿੰਦੇ ਰਹੇ, ਦੂਜੇ ਉਹਨਾਂ ਦੇ ਘਰਾਂ ਦੇ ਸਾਰੇ ਚਲੇ ਗਏ, ਕੋਈ ਨਾ ਰਹਿ ਗਿਆ। ਉਹ ਦੋਵੇਂ ਭਾਈ ਅਤੇ ਮਾਈ ਉਹਨਾਂ ਦੀ ਇੱਥੇ ਗੁਜ਼ਰੀ, ਉਹ ਨਾਲ ਇਹਨਾਂ ਦੇ। ਉਦੋਂ ਬਾਅਦ ਦੇ ਵਿੱਚ ਇਹ ਕੁਛ ਚਿਰ ਸਾਡੇ ਨਾਲ, ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਖੇਤ ਉਦੋਂ ਬਲਦਾਂ ਦੇ ਹਲ ਹੁੰਦੇ ਸੀ, ਬਲਦਾਂ ਦੇ ਹਲ ਦਾ ਹਲ ਹੀ ਉਹ ਬਹੁਤ ਇੱਕ ਪਹਿਲਾ ਨੰਬਰ ਸੀ, ਉਦੋਂ ਨਾਮ ਲੈਂਦੇ ਹੁੰਦੇ ਸੀ ਜਿਹੜਾ ਸਿੱਧੀਆਂ ਊੜਾਂ ਲਿਜਾਵੇ। ਇਹੋ ਜਿਹਾ ਸੋਹਣਾ ਜਵਾਨ ਅਤੇ ਘੁਲਦਾ ਵੀ ਹੁੰਦਾ ਸੀ, ਆਥਣੇ ਆ ਕੇ ਵਿਹਲੇ ਹੋ ਕੇ ਅਤੇ ਘੁਲਣਾ, ਜਿਹੜਾ ਪਿੰਡ 'ਚੋਂ ਤਕੜਾ ਬੰਦਾ ਉਹਦੇ ਨਾਲ ਘੁਲਣਾ, ਅਤੇ ਸੋਹਣਾ ਸਰੀਰ, ਅਤੇ ਦੇਵੀ ਵਾਲਾ ਪਿੰਡ ਆ, ਉੱਥੋਂ ਦੇ ਮੁਸਲਮਾਨ ਵੀ ਘੁਲਦੇ ਸੀ, ਉਹਨਾਂ ਨਾਲ ਵੀ ਘੁਲਣਾ ਉਹਨੇ ਇੱਥੇ ਆ ਕੇ, ਅਤੇ ਚਾਈ ਚਾਈ ਖੁੱਲ੍ਹਾ
ਅਤੇ ਜੋਰ ਕਰਨੇ ਇਹੋ ਜਿਹਾ ਸੋਹਣਾ ਅਤੇ ਸਾਰਿਆਂ ਨਾਲ ਤਾਲੁਕਾਤ ਇਹੋ ਜਿਹੇ ਪਿਆਰ ਨਾਲ ਰਹਿਣਾ ਸਾਡਾ ਅਜੇ ਵੀ ਉਵੇਂ ਇਹਨੇ ਯਾਦ ਕਰਾਤਾ ਹੁਣ ਇਹਦੇ ਜਿਹੜੇ ਸਾਥੀ ਸੀਗੇ ਦੋ ਤਿੰਨ ਨਾਂ ਲਏ ਆ ਇਹਨੇ ਇੱਧਰ ਬੋਲਿਆ ਉਦੋਂ ਮੈਂ ਸਿਆਣਿਆ ਅਤੇ ਉਹ ਵੀ ਚਲੇ ਗਏ ਦੁਨੀਆ ਤੋਂ ਇੱਕ ਮੈਂ ਉਹ ਤੋਂ ਛੋਟਾ ਸਰਵਣ ਉਹਦਾ ਭਰਾ ਸੀ ਉਹਦਾ ਹਾਣੀ ਸੀ ਮੈਂ ਥੋੜ੍ਹੀ ਜਿਹੀ ਵਿੱਥ ਨਾਲ ਛੋਟਾ ਇਹ ਵੱਡਾ ਸੀ ਸਾਥੋਂ ਹਲ ਮੈਨੂੰ ਇਹਨੇ ਸਿਖਾਇਆ ਸੀ ਵਾਢਾਂ ਵਾਲਾ ਹਲ ਉਦੋਂ ਵੱਧ ਜੋੜਦੇ ਸੀ ਦੋ ਹੁਣ ਤਾਂ ਮਗਰੋਂ ਮਸ਼ੀਨਰੀ ਆ ਗਈ ਅਤੇ ਘੁਮਾ ਪੈਲੀ ਲਾਉਣੀ 12 ਵਜੇ ਨੂੰ 4 ਵਜੇ ਉੱਠ ਕੇ ਜਾ ਕੇ ਹਲ ਜੋੜਨੇ ਮੈਂ ਤਾਂ ਪਿਆ ਵੀ ਰਾਤ ਨੂੰ ਯਾਦ ਕਰੀ ਜਾਂਦਾ ਵੀ ਹੁਣ ਅੱਗੇ ਇੱਕ ਵਾਰੀ ਦੋ ਵਾਰੀ ਸਾਡੇ ਆ ਬਿਆਨ ਦੇ ਲੈ ਕੇ ਗਏ ਉੱਥੋਂ ਅਤੇ ਉਦੇ ਦਾ ਮੈਂ ਆਖੀ ਜਾਂਦਾ ਵੀ ਆਊਗਾ ਕਰਮ ਸਿਓ ਖਾਸ ਗੱਲ ਨੀ ਐਂ ਕੋਈ ਇਕੱਠੇ ਅਸੀਂ ਖੇਡਦੇ ਰਹੇ ਕੋਈ ਇਹ ਯਾਦ ਚੇਤੇ ਨਹੀਂ ਸੀ ਨਾ ਗੱਲ ਅਸੀਂ ਇਕੱਠੇ ਵਿਚਰੇ ਹਾਂ ਤੇ ਤਾਂ ਹੀ ਮਨ ਦੇ ਵਿੱਚ ਭਰਿਆ ਤੇ ਰੋਣ ਨਿਕਲਦਾ ਹੈ ਨਾ ਵੀ ਜਿੱਥੇ ਰਹੇ ਹਾਂ ਅਸੀਂ ਉਹਦੇ ਨਾਲ ਉਹਨੇ ਕੋਈ ਭੈੜੀ ਗੱਲ ਨਹੀਂ ਕਹੀ ਸਾਨੂੰ ਅਸੀਂ ਨਹੀਂ ਤਾਂ ਯਾਰ ਦੋਸਤ ਲੜ ਪੈਂਦੇ ਹੈ ਉਹਨੇ ਨਹੀਂ ਕੋਈ ਇਹੋ ਜਿਹੀ ਗੱਲ ਸਾਡੀਆਂ ਮਾਵਾਂ ਦੇ ਨਾਲ ਹੈ ਕੋਈ ਵੀ ਮੁਸਲਮਾਨ ਹੈ ਜਾਂ ਨਹੀਂ ਕੋਈ ਤੇਰ ਮੇਰ ਨਹੀਂ ਰੱਖੀ ਸਾਡਾ ਚਾਚਾ ਲੱਗਦਾ ਸੀ ਹੁਣ ਲਫਜ਼ਾਂ 'ਚ ਉਮਰਾਂ ਦੇ ਹਿਸਾਬ ਨਾਲ ਬੁੜੇ ਗਏ ਉਹ ਸੀ ਅਤੇ ਅਸੀਂ ਚਾਚਾ ਕਹਿਣਾ ਉਹਨੇ ਸਾਡੀਆਂ ਮਾਵਾਂ ਨੂੰ ਅਤੇ ਐ ਮਖੌਲ ਕਰ ਜਾਣੇ ਦਾਣੇ ਹੱਥੀਂ ਕੱਢਦੇ ਸੀ ਗਾਹ ਕੇ ਉੱਧਰੇ ਪਿੜ ਪਾਏ ਹੁੰਦੇ ਸੀ ਸਾਂਝੇ ਕੋਲੇ ਇਹ ਵੀ ਮੁਖਤਿਆਰ ਸਿਓ ਨਾਲ ਹੁੰਦਾ ਸੀ ਅਤੇ ਚਾਹ ਲੈ ਕੇ ਆਉਣਾ ਸਾਡੀਆਂ ਮਾਵਾਂ ਨੇ ਉਦੋਂ ਉਹਨਾਂ ਨੇ ਆਵੇਈ ਦੀ ਬਹਿ ਕੇ ਤੁਸੀਂ ਹੁਣ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਅਤੇ ਉੱਥੇ ਪਾਕਿਸਤਾਨ ਦੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੀ ਉਹਨਾਂ ਨੂੰ ਮਿਲਾਉਣ ਦੀ ਖਾਤਰ ਵੀ ਜਾਣੀ ਕਿ ਪੰਜਾਬ 'ਚ ਵੱਸਦੇ ਉਹਦੇ ਜਿਹੜਾ ਪਰਿਵਾਰ ਆ ਬਾਕੀ ਜਿਹੜਾ ਰਹਿ ਰਿਹਾ ਪੰਜਾਬ ਦੇ ਵਿੱਚ ਤਾਂ ਉੱਥੋਂ ਦੀ ਸਰਕਾਰ ਅਤੇ ਇੱਥੋਂ ਦੀ ਸਰਕਾਰ ਨੂੰ ਕੀ ਮੰਗ ਕਰਦੇ ਹਾਂ ਅਸੀਂ ਇਹ ਕਹਿੰਦੇ ਹਾਂ ਵੀ ਉਹਨੇ ਕੋਈ ਇਹੋ ਜਿਹੀ ਡਰ ਵਾਲੀ ਗੱਲ ਨਹੀਂ ਗਿਆ ਵੀ ਰਹਿਣਾ ਮਤਲਬ ਉਹਨੇ ਵੀ ਤਾਂ ਮਨ ਦੇ ਵਿੱਚ ਆਈ ਹੈ ਵੀ ਮੈਂ ਆਪਦੇ ਭਰਾ ਦੇ ਪਰਿਵਾਰ ਨੂੰ ਮਿਲਣਾ ਉਹਨੇ ਚਲੇ ਹੀ ਜਾਣਾ ਉੱਧਰ ਫੇਰ ਵੀ ਸਾਨੂੰ ਸਾ ਇਹ ਤਾਂ ਗਏ ਵੀ ਉਹ ਮਿਲ ਜੇ ਇੱਧਰ ਕੇਰਾਂ ਕੇ ਬੜੀ ਔਖੀ ਤਰ੍ਹਾਂ ਸੀ ਇਹ ਜਦੋਂ ਦਾ ਸਾਨੂੰ ਇਹਨੇ ਯਾਦ ਕਰਾਇਆ ਅਤੇ ਅਸੀਂ ਨਾ ਦਿਨ ਰਾਤ ਇਹ ਹੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਸਾਡੇ ਉਹ ਪਿੰਡ ਆ ਜੇ ਅਤੇ ਜਿਹੜੇ ਜਿਹੜੀਆਂ ਮਾਈਆਂ ਰਹਿੰਦੀਆਂ ਅਜੇ ਉਦੋਂ ਜਿਨ੍ਹਾਂ ਨੇ ਵੇਖਿਆ ਉਹ ਵੀ ਮਿਲਣ ਦੀ ਤੰਗ ਕਰਦੀਆਂ ਮੈਂ ਸੁਣ ਕੇ ਆਇਆ ਉਹਨਾਂ ਨੇ ਵੇਖਿਆ ਇਹਦੇ ਵਿੱਚ ਫੋਟੋ 'ਤੇ ਇਹਦੇ 'ਚ ਮੋਬਾਈਲ 'ਚ ਭਰੀ ਉਹਦੀ ਆਈ ਹੈ ਸਾਨੂੰ ਵਿਖਾਈ ਹੈ ਜਿਹੜੇ ਮਗਰੋਂ ਜੰਮੇ ਉਹਨਾਂ ਨੂੰ ਤਾਂ ਕੀ ਪਤਾ ਹੁਣ ਇਹਦੇ ਭਤੀਜੇ ਆ ਜਿਹੜੇ ਇਹਨਾਂ ਨੂੰ ਤਾਂ ਪਤਾ ਨਹੀਂ ਗਾ ਵਿਚਾਰਿਆਂ ਨੂੰ ਅਤੇ ਉਹਨੇ ਸਰਬਣ ਨੇ ਦੱਸਿਆ ਇਹਨਾਂ ਨੂੰ ਵੀ ਐਂ ਸੀ ਅਸੀਂ ਦੋ ਭਾਈ ਅਤੇ ਇਹਨਾਂ ਨੂੰ ਦੱਸਿਆ ਅਤੇ ਇਹਨਾਂ ਨੂੰ ਵੀ ਤਾਂ ਉਹ ਹੀ ਹੈ ਵੀ ਆ ਜਾਵੇ ਇਹ ਇਹਦੀ ਜਿਹੜੀ ਨੂੰਹ ਹੈ ਭਤੀਜ ਨੂੰ ਅਤੇ ਉਹ ਵੀ ਤਾਂ ਕਰਦੀ ਆ ਵਿਚਾਰੀ ਵੀ ਮਿਲ ਜਾਵੇ ਇੱਧਰ ਆ ਕੇ ਸਾਡਾ ਬਾਪੂ ਸਾਨੂੰ ਵੀ ਪਤਾ ਲੱਗੇ ਪੂਰੇ ਇਹ ਸੀ ਜੀ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸਰਦਾਰ ਸੇਵਕ ਸਿੰਘ ਜੀ ਇਹਨਾਂ ਨੇ ਆਪਣੇ ਕਰਮ ਸਿੰਘ ਬਾਰੇ ਬਹੁਤ ਵਿਸਤਾਰਪੂਰਕ ਜਾਣਕਾਰੀ ਦਿੱਤੀ ਵੀ ਉਹਨਾਂ ਨਾਲ ਕਿੱਦਾਂ ਮੇਲ ਮਿਲਾਪ ਰਿਹਾ ਅਤੇ ਹੁਣ ਅਸੀਂ ਇਸ ਟਾਈਮ ਉਹਨਾਂ ਦੇ ਬਾਕੀ ਪਰਿਵਾਰਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ
ਕੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ, ਯਾਨੀ ਕਿ ਜਿਹੜੇ ਤੁਹਾਡੇ ਦਾ ਸਹੁਰਾ ਸਾਹਿਬ ਆ ਜੀ? ਪੱਤਰਕਾਰ ਨਾਲ ਗੱਲ ਕਰਦੇ ਹੋਏ ਬਸ਼ੀਰ ਅਹਿਮਦ, ਮਿਹਰਬਾਨੀ ਕਰੋ ਜੀ ਮੈਨੂੰ ਜ਼ਰੂਰਤ ਹੈ, ਮੈਂ ਭਰਾ ਦੀ ਖੁਆਇਸ਼ ਕਰਦਾ ਕਿ ਮੈਨੂੰ ਮਿਲਾਓ ਮੇਰੇ ਬੱਚੇ ਜਾਂ ਮੇਰੇ ਭਤੀਜੇ। ਮਿਹਰਬਾਨੀ ਤੁਹਾਡੀ, ਮੈਂ ਤੁਹਾਡੇ ਅੱਗੇ ਅਰਜ਼ ਕਰਦਾ ਕਿ ਮੈਨੂੰ ਜ਼ਰੂਰ ਮੇਲਾ ਕਰਾ ਦਿਓ, ਕਿ ਮੇਰਾ ਖੂਨ ਹੈ ਮੈਨੂੰ ਮੇਲਾ ਕਰੋ। ਮੈਨੂੰ ਖੂਨ ਦੀ ਬੜੀ ਕੋਸ਼ਿਸ਼ ਆ ਸੱਜਣੋ, ਤੁਹਾਡੇ ਚੱਕ 'ਚ ਰਿਹਾ ਮੈਂ, ਕੋਈ ਐਸਾ ਮਸਲਾ ਕੋਈ ਵਾਧਾ ਘਾਟਾ ਨਹੀਂ ਕੀਤਾ, ਅਤੇ ਮੈਨੂੰ ਮਿਲਣਾ ਚਾਹੀਦਾ ਕਿ ਮੈਂ ਭਰਾ ਦੀ ਜਾਨ ਦੇ ਬੱਚੇ ਵੇਖ ਲਵਾਂ। ਮੈਨੂੰ ਕੋਸ਼ਿਸ਼ ਹੈ ਕਿ ਮੈਂ ਔਲਾਦ ਵੇਖ ਲਾਂ ਕਿ ਮੇਰੇ ਭਰਾ ਦੀ ਔਲਾਦ ਹੈਗੀ ਆ। ਬਸ ਤੁਹਾਡੀ ਮਿਹਰਬਾਨੀ ਹੈ ਜਨਾਬ, ਜੋ ਮੇਰੇ ਸੱਜਣਾ ਕੋਈ ਮੇਰੀ ਖਾਮੀ ਮੈਂ ਤੁਹਾਡੇ ਵਿੱਚ ਰਹਿ ਕੇ ਗਿਆ, ਕੋਈ ਨੁਕਸਾਨ ਕਿਸੇ ਦਾ ਝੂਠ ਚੋਰੀ ਮੈਂ ਕੋਈ ਨਹੀਂ ਕੀਤੀ, ਤੁਹਾਨੂੰ ਸਾਰਾ ਪਤਾ ਹੋਣਾ ਚਾਹੀਦਾ। ਅੱਜ ਜਿਹੜੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਦੀ ਕਹਾਣੀ ਸੁਣ ਕੇ ਹਰ ਉਹ ਬੰਦਾ ਜਿਹਦੇ ਸੀਨੇ ਦੇ ਵਿੱਚ ਦਿਲ ਹੈ ਦੁੱਖ ਮਹਿਸੂਸ ਕਰੇਗਾ। ਔਰ ਇਹਨਾਂ ਦੀ ਕਹਾਣੀ ਕੋਈ ਆਮ ਕਹਾਣੀ ਨਹੀਂ ਹੈ। ਬਹੁਤ ਸਾਰੇ ਲੋਕ 1947 ਦੀ ਜਿਹੜੇ ਵੰਡ ਹੋਈ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ ਹੋਏ, ਜਿਸਲੇ ਉਜਾੜੇ ਪਏ, ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ, ਜੰਮਣ ਭੋਇਓਂ ਛੱਡਣੀ ਪਈ। ਲੇਕਿਨ ਕੁਝ ਖਾਨਦਾਨ, ਕੁਝ ਟੱਬਰ ਇਹੋ ਜਿਹੇ ਸੀ ਜਿਹੜੇ ਉਸ ਉਜਾੜੇ ਵਾਲੇ ਵੇਲੇ ਇੱਕ ਦੂਜੇ ਨਾਲੋਂ ਵਿਛੜ ਗਏ। ਇਹੋ ਜਿਹੀ ਕਹਾਣੀ ਹੈ ਬਾਬਾ ਜੀ ਬਸ਼ੀਰ ਅਹਿਮਦ ਦੀ। ਬਾਬਾ ਜੀ ਬਸ਼ੀਰ ਅਹਿਮਦ ਦੇ ਇੱਕ ਭਰਾ ਉੱਥੇ ਰਹਿ ਗਏ ਨੇ, ਉਹਨਾਂ ਦਾ ਖਾਨਦਾਨ ਹਿੰਦੁਸਤਾਨ ਵਿੱਚ ਆਬਾਦ ਹੈ, ਜਦੋਂ ਕਿ ਬਾਬਾ ਜੀ ਬਸ਼ੀਰ ਅਹਿਮਦ ਪਾਕਿਸਤਾਨ ਵਿੱਚ ਨੇ। ਦੁੱਖਾਂ ਭਰੀ ਕਹਾਣੀ ਖੁਦ ਵੀ ਵੇਖੋ ਅਤੇ ਅੱਗੇ ਆਪਣੇ ਯਾਰਾਂ ਬੇਲੀਆਂ ਨਾਲ ਵੀ ਸ਼ੇਅਰ ਕਰੋ, ਤਾਂ ਕਿ ਜਿਹੜੀ ਨਫ਼ਰਤ ਦਾ ਮਾਹੌਲ ਹੈ ਇਹਨੂੰ ਘੱਟ ਕੀਤਾ ਜਾ ਸਕੇ ਔਰ ਪਿਆਰ ਨੂੰ ਵਧਾਇਆ ਜਾ ਸਕੇ। ਬਾਬਾ ਜੀ ਦਾ ਨਾਮ ਬਸ਼ੀਰ ਅਹਿਮਦ ਹੈ, ਹਾਂਜੀ, ਪਿਓ ਦਾ ਨਾਮ ਖੈਰ, ਹਾਂਜੀ, ਕੌਮ ਅਨਸਾਰੀ, ਪਿੰਡ ਵੱਡੀ ਪੰਜ ਗ੍ਰਾਈਂ ਯਾਨੀ ਪੰਜ ਗ੍ਰਾਈਂ ਕਲਾਂ ਦੇ ਰਹਿਣ ਵਾਲੇ ਨੇ, ਥਾਣਾ ਕੋਟ ਕਪੂਰਾ, ਰਿਆਸਤ ਫਰੀਦਕੋਟ। ਬਾਕੀ ਗੱਲਾਂ ਅਸੀਂ ਬਾਬਾ ਜੀ ਨੂੰ ਪੁੱਛਦੇ ਹਾਂ। ਬਾਬਾ ਜੀ ਵੱਡੇ ਪੰਜ ਗ੍ਰਾਈਂ ਦੇ ਰਹਿਣ ਵਾਲੇ ਹੋ ਤੁਸੀਂ? ਹਾਂਜੀ, ਵੱਡੀ ਪੰਜ ਗ੍ਰਾਈਂ। ਅਤੇ ਵੱਡੇ ਪੰਜ ਗ੍ਰਾਈਂ ਦੇ ਆਸੇ ਪਾਸੇ ਦੇ ਪਿੰਡ ਕਿਹੜੇ ਸੀ? ਸਾਡੇ ਪਿੰਡ ਦੇ ਜਾਰੇ ਪਜਾਰੇ ਔਲਖ, ਦੇਵੀ ਵਾਲਾ, ਸੇਸੜੀ, ਕੋਟਕਪੂਰਾ, ਮਲਕੇ, ਸ਼ਿਵੀਆਂ, ਹੈਂਜੀ, ਬਗਰਾੜੀ, ਜੀ ਜੀ, ਮਲਕੇ ਜੀ, ਸਾਹੋ, ਬਾਜਾ, ਗੰਦਾਰਾ, ਕੋਠਾ, ਬੁਰਜ, ਹੈਂਜੀ, ਠੀਕ ਹੈ, ਅਤੇ ਘਣੀਆਂ ਵਾਲਾ, ਜਿਉਣ ਵਾਲਾ, ਸਮਾਲਸਰ, ਦੇਵੀ ਵਾਲਾ, ਹਾਰਨੀਆਂ ਦਾ, ਹੈਂਜੀ, ਸੇਸੜੀ, ਇਹ ਸਾਰੇ ਪਿੰਡ ਮੇਰੇ ਸਾਰੇ ਦਾਲੇ ਪਦਾਲੇ ਵਾਲੇ, ਠੀਕ ਹੈ, ਸਾਰੇ ਪਿੰਡਾਂ ਦੇ ਵਿੱਚ ਮੈਂ ਆਮ ਆਉਂਦਾ ਜਾਂਦਾ ਰਿਹਾ ਉਦੋਂ। ਅੱਛਾ, ਅਤੇ ਬਾਬਾ ਜੀ ਜਦੋਂ ਵੰਡ ਹੋਈ ਹੈ, ਹਾਂਜੀ, ਜਦੋਂ ਵੰਡ ਹੋਈ ਹੈ ਤਾਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਮੇਰੀ ਉਮਰ ਕੋਈ 20 ਸਾਲ ਦੀ ਉਮਰ ਹੋਈ ਸੀ। 20 ਸਾਲ ਦੇ, ਹਾਂਜੀ, ਜਦੋਂ ਅਜਾਰਾ ਪੈ ਗਿਆ। ਅੱਛਾ, ਚਲੋ ਹੁਣ ਤੁਹਾਡੀ ਉਮਰ 90 ਸਾਲ ਹੈ। ਹਾਂਜੀ ਹਾਂਜੀ, ਹੋਊਗੀ, ਹੋਏਗੀ ਇਨਸ਼ਾਅੱਲਾ ਹੈਗੀ। ਤੇ ਇਹ ਦੱਸੋ ਵੀ ਜਿਹੜੇ ਵੱਡੇ ਪੰਜ ਗ੍ਰਾਈ ਸੀ, ਹਾਂਜੀ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਸੀ? ਉਹਦੇ ਵਿੱਚ ਕੌਮਾਂ ਅਨਸਾਰੀ ਜੀ, ਘੁਮਿਆਰ ਜੀ, ਮੋਚੀ, ਠੀਕ ਹੈ, ਤੇ ਕਸ਼ਮੀਰੀਆਂ ਦੇ ਕਈ ਘਰ,
ਜੀ ਮਲਕਾਂ ਦੇ ਤੇਲੀਆਂ ਦੇ ਕਈ ਘਰ, ਠੀਕ ਹੈ, ਤੇ ਇੱਕ ਸ਼ੇਖ ਭਰਾਈਵਾ ਜੀ ਉਹਨਾਂ ਦੇ ਕਈ ਘਰ, ਠੀਕ ਹੈ, ਡੋਗਰਾਂ ਦੇ ਕਈ ਘਰ, ਠੀਕ ਹੈ, ਤਾਂ ਇਸ ਤਰ੍ਹਾਂ ਕਰਕੇ ਕਈ ਘਰ ਸੀ। ਫਿਰ ਹੋਰ ਕੌਮਾਂ ਬੌਰੀਏ, ਕੌਮ ਦੇ ਬੌਰੀਏ, ਠੀਕ ਹੈ, ਸੈਂਸੀ ਤੇ ਸਿੱਖ, ਖੱਤਰੀ ਹੈ ਜੀ, ਗਰਾਰ ਹਿੰਦੂ, ਉਹ ਸਾਰੇ ਚੱਕ ਦੇ ਵਿੱਚ, ਬਾਹਮਣ, ਹੰਸਾ ਬਾਹਮਣ, ਉਹਦਾ ਪਿਓ ਬੰਸੀ ਪੰਡਿਤ ਜਿਹਨਾਂ ਦੇ ਗਲ ਦੇ ਵਿੱਚ ਗਾਨੀ ਆਈ, ਆਪਣੇ ਹੁਸੈਨ ਨੂੰ ਮੰਨਦੇ ਹਨ, ਉਹ ਮੇਰੇ ਕੋਲ ਆ, ਸਕੂਲ ਮੇਰੇ ਕੋਲ, ਠੀਕ ਹੈ, ਮਸੀਤ ਮੇਰੇ ਕੋਲ, ਸਾਡੀ ਆਪਣੀ ਜਾਤੀ ਮਸੀਤ, ਛੱਪੜ ਤੇ ਮੇਰਾ ਘਰ ਆ, ਠੀਕ ਹੈ, ਮੇਰੇ ਆਂਢ ਗੁਆਂਢ ਸਾਰੇ ਮੇਰੇ ਘਰ ਚ, ਨਿੰਮ ਖੜੀ ਕੋਲੇ, ਔਲਖਾਂ ਦਾ ਰਾਹ, ਔਲਖ ਮੇਰੇ ਕੋਲ ਹੀ ਜਾਂਦੇ, ਪੋਲ ਖੜਾ, ਅੱਜ ਵੀ ਉਹ ਨਕਸ਼ਾ ਅੱਖਾਂ ਦੇ ਸਾਹਮਣੇ, ਹਾਂਜੀ, ਇਨਸ਼ਾਅੱਲਾ ਮੈਨੂੰ ਉਵੇਂ ਦੇਖਦਾ ਪਿਆ, ਮੈਨੂੰ ਪਿੰਡ ਵੀ ਉਵੇਂ ਦੇਖਦੇ ਆ, ਮੈਂ ਸੱਚ ਕੁਝ ਨਹੀਂ ਸੋਚਦਾ। ਹਾਂ, ਇੱਕ ਕੌਮ ਹੈ ਜਿਵੇਂ ਆਪਣੀ ਆਲਸ ਹੁੰਦੀ ਹੈ, ਮਗਨੀ, ਠੀਕ ਹੈ, ਉਹ ਚਾਰ ਪੰਜ ਭਰਾ ਸੀ, ਬਿਲਕੁਲ, ਬੜਾ ਤਰਕ ਸੀ ਸਾਡਾ ਉਹਨਾਂ ਨਾਲ, ਮਗਨੀ ਹਰਾਨਾ, ਮਗਨੀਆਂ ਨਾਲ, ਜੱਟ ਸੀ ਉਹ, ਸਿੱਖ ਜੱਟ, ਅੱਛਾ, ਉਹ ਚਾਰ ਪੰਜ ਭਰਾ ਸੀ, ਪੰਜ ਭਰਾ ਸੀ, ਉਹਨਾਂ ਦੇ ਕੀ ਨਾਂ ਸੀ? ਉਹਨਾਂ ਦੇ ਨਾਂ ਸੀ, ਵੱਡਾ ਸੀ ਭਾਣ ਸਿੰਘ, ਛੋਟਾ ਗੁਰਬਚਨ, ਉਦੂ ਛੋਟਾ ਨੰਬਰਦਾਰ, ਉਦੂ ਛੋਟਾ ਮੁਖਤਿਆਰਾ, ਮੁਖਤਿਆਰਾ, ਹਾਂਜੀ, ਠੀਕ ਹੈ, ਬੰਤਾ, ਹਾਂ, ਤੇ ਮੁਖਤਿਆਰ, ਬੰਤਾ ਉਹਨਾਂ ਦੇ ਪੁੱਤਰ ਹਨ, ਸੁਖਨ, ਗੁਰਦੇਵ, ਇਹ ਉਹਦੇ ਚਾਰ ਪੁੱਤਰ ਭਾਣ ਸਿੰਘ ਦੇ, ਬਚਿੱਤਰ ਵੀ ਉਹਨਾਂ ਦਾ ਭਰਾ ਸੀ, ਭਾਣਿਆਂ ਦਾ, ਮੈਨੂੰ ਯਾਦ ਹੀ ਨਹੀਂ, ਨਿਗਾਹ ਵੀ ਕੰਮ ਨਹੀਂ ਕਰਦੀ, ਠੀਕ ਹੈ, ਹਾਂਜੀ, ਅੱਛਾ, ਹੋਰ ਪਿੰਡ ਦੇ ਵਿੱਚ ਮਸ਼ਹੂਰ ਬੰਦੇ ਕਿਹੜੇ ਸੀ? ਆਮ ਮਸ਼ਹੂਰ ਬੰਦੇ ਸਾਡੇ ਚੱਕ ਦੇ ਵਿੱਚ ਬਹੁਤ ਲੈ ਲਾਟ ਬੰਦੇ ਸੀ, ਆਮ ਮਸ਼ਹੂਰ ਬੰਦਾ, ਵੱਡਾ ਘਰ ਸੀ, ਜਮੀਤ ਸਿੰਘ ਕਾ, ਜਮੀਤਾ, ਜਮੀਤ ਸਿੰਘ ਜਿਹਦਾ ਪੁੱਤਰ ਅਮਰ ਸਿੰਘ ਬਾਦਸ਼ਾਹ ਦੇ ਬਰਾਬਰ ਕੁਰਸੀ ਲੈ ਕੇ ਬਹਿੰਦਾ ਸੀ, ਹਾਂਜੀ, ਠੀਕ ਹੈ, ਉਹਦੇ ਨਾਲ ਕੁਰਸੀ ਲੈ ਕੇ ਬਹਿੰਦਾ, ਅੱਛਾ, ਸਾਨੂੰ, ਠੀਕ ਹੈ, ਤੁਸੀਂ ਰਿਆਸਤ ਫਰੀਦਕੋਟ ਦੇ ਬਾਦਸ਼ਾਹ ਨੇ ਜਾਂ ਜਿਵੇਂ ਵੀ ਸਾਨੂੰ ਆਰਡਰ ਇਹ ਆਇਆ ਵੀ ਜਿਹੜਾ ਮੁਸਲਮਾਨ ਆਪਣੇ ਘਰ ਬੈਠਾ ਨਾ, ਉਹਨੂੰ ਹੱਥ ਕੋਈ ਬੰਦਾ ਨਾ ਲਾਵੇ। ਇਹ ਕਿੰਨੇ ਕੁ ਦਿਨਾਂ ਬਾਅਦ ਆਰਡਰ ਆ ਗਿਆ ਸੀ? ਇਹ ਕੋਈ 10-15 ਦਿਨਾਂ ਤੋਂ ਬਾਅਦ ਕਿ 20 ਦਿਨਾਂ ਤੋਂ ਬਾਅਦ ਇਹ ਗੱਲ ਹੋਈ। ਅੱਛਾ, ਜਿਹੜਾ ਬੈਠਾ ਆਪਦੇ ਘਰ, ਜਿਹੜਾ ਬਚ ਗਿਆ ਅਜੇ ਤੱਕ, ਜਿਹੜਾ ਬਚ ਕੇ ਆ ਗਿਆ ਨਾ ਆਪਦੇ ਘਰ ਬੈਠਾ, ਉਹਨੂੰ ਤਾਂ ਕੋਈ ਨਾ ਕਰੇ, ਉਹਨੂੰ ਹੱਥ ਕੋਈ ਨਾ, ਆਪਦੇ ਘਰ ਹੋਵੇ ਬੈਠੇ, ਉਹ ਬੈਠਾ ਰੂ ਹੋਵੇ ਨਾ। ਅੱਛਾ, ਤੁਸੀਂ ਜਿਨ੍ਹਾਂ ਦੇ ਘਰ ਰਹਿੰਦੇ ਸੀ ਬਾਬਾ ਸਿੰਘ ਦਾ ਘਰ ਸੀ ਨਾ? ਹਾਂਜੀ, ਬਾਬਾ ਭਾਗ ਵਰਿਆਮ, ਉਹ ਭਰਾ ਸੀ, ਭਾਗ ਤੇ ਵਰਿਆਮ, ਇਹ ਤਿੰਨੇ ਭਰਾ ਸੀ? ਹਾਂ, ਦੋ ਭਰਾ ਸੀ ਉਹ। ਕਿਹੜੇ? ਵਰਿਆਮ, ਭਾਗ, ਬਾਬਾ ਨੂੰ ਆਉਂਦੇ ਸੀ ਨਾ, ਬਾਬਾ ਵੀ ਭਾਗ ਸੀ ਨਾ। ਅੱਛਾ, ਅਸਲ ਨਾਮ ਭਾਗ ਸੀ, ਲੇਕਿਨ ਬਾਬਾ, ਬਾਬਾ, ਹਾਂਜੀ ਹਾਂਜੀ ਹਾਂਜੀ। ਅੱਛਾ, ਇਹਨਾਂ ਦੇ ਜਿਹੜੇ ਛੋਰ ਤੁਹਾਡੇ ਨਾਲ ਖੇਡਦੇ ਸੀ ਨਾ, ਡੰਗਰ ਚਰਾਉਂਦੇ ਸੀ, ਉਹ ਕਿਹੜੇ? ਉਹਨਾਂ ਦੋਵਾਂ ਦੀ ਔਲਾਦ ਕੋਈ ਨਹੀਂ ਸੀ। ਅੱਛਾ, ਜਿਹੜਾ ਭਾਣ ਸਿੰਘ ਜੀ ਮੈਂ ਗੱਲ, ਉਹਨਾਂ ਦੇ ਨਾਲ ਮੁੰਡੇ ਜਿਹੜੇ ਮਗਨੀ ਵੱਜਦੇ ਸੀ, ਬਚਿੱਤਰ, ਬਚਨਾ, ਭਾਨਾ, ਮੈਂ ਦੱਸਿਆ ਨਾ, ਉਹ ਗੁਰਦੇਵ ਤੇ ਬੰਤਾ, ਮੁਖਤਿਆਰਾ, ਕਰਤਾਰਾ, ਉਹ ਸਾਡੇ ਨਾਲ ਖੇਡਦੇ ਸੀ, ਉਹ ਹੀ ਸਾਡੇ ਨਾਲ ਮਾਰ ਚਾਰਦੇ ਸੀ। ਅੱਛਾ, ਠੀਕ ਹੈ, ਠੀਕ ਹੈ, ਠੀਕ। ਅਸੀਂ ਫਿਰ ਮਾਰ ਚਾਰ ਲੱਗ ਗਏ, ਜਦੋਂ ਆਰਡਰ ਆ ਗਿਆ ਨਾ ਵੀ ਆਪਦੇ ਘਰ ਬਹੁ, ਅਸੀਂ ਆਖਿਆ ਸਾਨੂੰ ਜਦੋਂ ਆਪਦੇ ਘਰ ਚਲੇ ਗਏ, ਸਾਨੂੰ ਤਾਂ ਬੈਠੇ ਰੁਪਇਆਂ ਨੂੰ ਮਾਰ ਦੇਣਗੇ, ਉਹਨਾਂ ਨੇ ਆਖਿਆ ਤੇਰੀ ਰਾਖੀ ਕਰਾਂਗੇ। ਠੀਕ ਹੈ, ਇਹ ਕਿਹਨਾਂ ਨੇ ਕਿਹਾ? ਇਹ ਸਿੱਖਾਂ ਨੇ ਆਖਿਆ, ਭਾਨੇ ਕਿਆ ਨੇ ਆਖਿਆ। ਠੀਕ ਹੈ, ਹਾਂ, ਆਮ ਹੋਰ ਸਿੱਖਾਂ ਨੇ ਵੀ ਆਖਿਆ। ਇਹ
12 14 ਸਾਲ ਤੋਂ ਬਾਅਦ ਦੀ ਗੱਲ ਹੈ। ਅੱਛਾ ਹਾਂਜੀ 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 ਠੀਕ ਹੈ ਠੀਕ ਹਾਂਜੀ ਹਾਂਜੀ ਠੀਕ ਹੈ। ਬਸ ਅੰਦਾਜ਼ਾ ਮੇਰਾ ਹੈ 11 12 ਸਾਲ ਦੇ ਸਾਲ। ਅੱਛਾ ਠੀਕ ਹੈ। ਉਹ ਤੁਹਾਨੂੰ ਕਿਹਾ ਤੁਸੀਂ ਅੜਵਾਂ ਦੇ ਪੈ ਸੀ, ਉਹ ਹੱਥ ਮਾਰੇ? ਮੈਨੂੰ ਉਹਨੇ ਹੱਥ ਮਾਰਿਆ ਜਦੋਂ ਐਂ ਗਿਆ ਨਾ ਮੈਂ, ਤੇ ਉਹਨੇ ਹੱਥ ਮਾਰਿਆ ਤੇ ਹੱਸਿਆ। ਮੈਂ ਸਵਾਰ ਕੇ ਤੱਕਿਆ, ਓਹੋ, ਤੇ ਪੁਲਿਸ ਨਾਲ ਖੜੀ ਝਾੜੀ ਦੇ ਓਲੇ। ਅੱਛਾ ਸਿੱਖ ਠੀਕ ਹੈ, ਥਾਣੇਦਾਰ, ਹਵਾਲਦਾਰ, ਇੱਕ ਸਿਪਾਹੀ, ਤਿੰਨ ਜਾਣੇ, ਇਹ ਚੌਥਾ ਮੇਰੇ ਕੋਲ। ਠੀਕ ਹੈ, ਮੈਂ ਹੜ ਖੜਾ ਕਰਦਾ, ਹੜ ਖੜਾ ਕਰਕੇ ਮੈਂ ਗਿਆ। ਜਦੋਂ ਵੇਖਿਆ ਨਾ ਮੁਰਤਾਰ ਜੱਫਾ ਪਾ ਲਿਆ, ਜੱਫਾ ਪਾ ਲਿਆ। ਥਾਣੇਦਾਰ ਨੇ ਪੁੱਛਿਆ ਵੀ ਇਹਦਾ ਨਾਂ ਕੀ ਹੈ, ਉਹਨੂੰ ਪੁੱਛਿਆ ਸੀ, ਉਸ ਆਖਿਆ ਉਹਦਾ ਨਾਂ ਬਸ਼ੀਰ ਹੈ। ਅਤੇ ਮੈਨੂੰ ਪਾਸੇ ਕਰਕੇ ਪੁੱਛਿਆ ਵੀ ਇਹਦਾ ਨਾਂ ਕੀ, ਮੈਂ ਕਿਹਾ ਜੀ ਇਹਦੇ ਨਾਂ ਨਜ਼ੀਰ ਹੈ, ਖੈਰਦੀਨ ਦਾ ਪੁੱਤਰ। ਉਸ ਆਖਿਆ ਛੱਡ ਦੇ ਹਾਲ, ਚਲੋ ਖੜਾ ਰਵੇ, ਕਿਲੀ ਘਰ ਦੇ ਚੱਲ, ਤੇਰਾ ਦੂਆ ਭਰਾ ਉਹ ਮੈਥੋਂ ਪੰਜ ਦਸ ਮੀਲ ਦੇ ਸਫ਼ਰ 'ਤੇ ਇੱਕ ਸਾਡੇ ਪਿੰਡ ਦੀ ਛੇਰ, ਉਹਨਾਂ ਦਾ ਨੌਕਰ ਮਰ ਗਿਆ ਸਾਡੇ ਪਿੰਡ ਦੀ, ਉੱਥੇ ਵਿਆਹੀ ਸੀ, ਕੁੜੀ ਵਿਆਹੀ ਸੀ, ਉਹ ਕੁੜੀ ਵਿਆਹੀ ਸੀ, ਉਹਨਾਂ ਦਾ ਨੌਕਰ ਮਰ ਗਿਆ, ਚੂੜਾ ਸੀ ਕਿ ਕੋਈ ਹੋਰ ਸੀ, ਨੌਕਰ ਮਰ ਗਿਆ। ਆਖਿਆ ਸਾਡਾ ਪੱਕੇ ਪਿਖਾ ਹਿੱਸਾ ਲੈ ਲਓ ਅਤੇ ਆ ਭਰਾ ਨੂੰ ਦੇ ਦੇ। ਮੈਨੂੰ ਆਖਿਆ ਮਰਜ਼ੀ ਵਾਲਾ, ਉਹ ਆਖੇ ਲਾ ਕੇ ਉੱਥੇ ਚਲਿਆ ਗਿਆ। ਅਸੀਂ ਪੰਜ ਛੇ ਦਿਨ ਤੋਂ ਬਾਅਦ ਫੁੱਟੇ, ਇੰਨਾ ਕਿ ਸਾਡਾ ਹਾਦਸਾ ਮਿਲਿਆ। ਅੱਛਾ, ਉਹਦਾ ਨਾਂ ਕੀ ਸੀ? ਉਹਦੇ ਨਾਂ ਰਸ਼ੀਦ। ਅਤੇ ਉੱਥੇ ਰਹਿ ਕੇ ਉਹਨੇ ਕੀ ਨਾਂ ਰੱਖਿਆ ਸੀ? ਖਾਨ, ਨਿੱਕੇ ਉਹਦੇ ਦਾ ਖਾਨ ਨਾਂ ਰੱਖਿਆ, ਨਾਂ ਰਸ਼ੀਦ ਸੀਗਾ। ਅੱਛਾ, ਲੇਕਿਨ ਉਹ ਜਦੋਂ ਤੁਸੀਂ ਸਿੱਖਾਂ ਦੇ ਘਰ ਰਹੇ ਤੁਸੀਂ ਆਪਣਾ ਨਾਂ ਨਹੀਂ ਬਦਲੇ? ਨਾਂ ਬਦਲੇ ਆ। ਤੇ ਤੁਹਾਡਾ ਨਾਂ ਕੀ ਰੱਖਿਆ? ਉਹਦਾ ਨਾਂ ਸਰਵਣ, ਮੇਰੇ ਨਾਂ ਕਰਮ ਸਿਉਂ। ਉਹਨਾਂ ਨਾਲ ਸਰਵਣ ਰੱਖ, ਸਰਵਣ ਸਿਉਂ, ਸਰਵਣ ਸਿਉਂ। ਅਸੀਂ ਨਾਂ ਬਟਾਏ ਨਾ, ਉਹਨੇ ਆਖਿਆ ਸਿੱਧਾ ਨਾਂ ਦੱਸੋ ਕਿ ਸਿੱਖ ਮਾਰ ਦੇਣਗੇ ਤੁਹਾਨੂੰ। ਅਸੀਂ ਨਾਂ ਬਦਲੀ ਰੱਖੇ। ਤੁਹਾਡਾ ਨਾਂ ਸੀ ਕਰਮ ਸਿਉਂ? ਕਰਮ ਸਿਉਂ, ਹਾਂ। ਉਹਨਾਂ ਨਾਂ ਸੀ ਸਰਵਣ ਸਿਉਂ, ਸਰਵਣ ਸਿਉਂ। ਅੱਛਾ, ਫਿਰ ਪੁਲਿਸ ਨੇ ਤੁਹਾਨੂੰ ਜਿਲ੍ਹੇ ਜਾ ਕੇ ਛਾਪਾ ਮਾਰਿਆ, ਤੁਹਾਡਾ ਭਰਾ ਨਜ਼ੀਰ ਨਾਲ ਗਿਆ? ਹਾਂਜੀ। ਤੇ ਉਹ ਜਿਹੜਾ ਭਾਈ ਸੀ ਸਰਵਣ ਸਿਉਂ, ਹਾਂ, ਜਿਹੜਾ ਬਣਿਆ ਸੀ, ਹਾਂ, ਉਹ ਦੂਰ ਸੀ ਤੁਹਾਡੇ ਕੋਲ? ਉਹ ਦੂਰ ਸੀ ਨਾ, ਉਹ ਦੂਰ ਸੀ, ਉਹ ਸੀ 10-11 ਮੀਲ 'ਤੇ। ਅੱਛਾ, 11 ਮੀਲ 'ਤੇ। ਅਸੀਂ ਥਾਣੇਦਾਰ ਨੂੰ ਆਖਿਆ ਜੀ ਪੈਸੇ ਲੈ ਲਓ, ਸਾਨੂੰ ਜਾਣ ਦਿਆ ਤਾਂ ਖਬਰਦਾਰ ਇਹ ਗੱਲ ਬਈ ਉਹਨੂੰ ਅਸੀਂ ਲੈ ਆਈਏ। ਹਾਂਜੀ, ਅਸੀਂ ਆਖਿਆ ਲੈ ਲਿਆ ਸਾਕਾ, ਤੇਰਾ ਰਿਕਵਰ ਹੋ ਕੇ ਤੈਨੂੰ ਅਸੀਂ ਪਕੜ ਲਿਆ, ਤੇਰੀ ਰਿਪੋਰਟ ਸਾਡੀ ਪਾਕਿਸਤਾਨ 'ਚ ਪਹੁੰਚ ਗਈ। ਅੱਛਾ, ਅਸੀਂ ਛਾਪਾ ਨਹੀਂ ਮਾਰ ਸਕਦੇ ਦੂਸਰੇ ਸਾਥ, ਨਾ ਅਸੀਂ ਜਾਣਾ। ਅੱਛਾ, ਜਿਸ ਵੇਲੇ ਥਾਣੇਦਾਰ ਤੁਹਾਨੂੰ ਫੜ ਲਿਆ, ਥਾਣੇਦਾਰ ਨੇ ਤੁਹਾਡਾ ਭਾਈ ਵੀ ਨਾਲ ਸੀ? ਹਾਂਜੀ, ਨਾਲ ਸੀ। ਤੇ ਫਿਰ ਕੀ ਤੁਹਾਨੂੰ ਪਿੰਡ 'ਚ ਲੈ ਗਿਆ? ਉਹ ਚੱਕ 'ਚ ਲਿਆਂਦਾ। ਅੱਛਾ, ਚੱਕ 'ਚ ਲਿਆਂਦਾ, ਮੇਰੇ ਘਰ ਤੋਂ ਕੋਈ 2 ਕਨਾਲੀ 3 ਪਾਸੇ, ਹਾਂ, ਉੱਥੇ ਬਾ ਲਿਆ। ਠੀਕ ਹੈ, ਉੱਥੇ ਮੰਜੇ ਲੋਕਾਂ ਸਿੱਖਾਂ ਨੇ ਡਾਏ, ਫਿਰ ਮੈਨੂੰ ਚੱਕ ਦੇ ਬੰਦੇ ਆ ਕੇ ਇਕੱਠੇ ਹੋ ਗਏ, ਬਹੁਤ ਸਾਰੇ ਅਦਾਲੇ ਮੈਨੂੰ ਮਿਲੇ। ਅੱਛਾ, ਰੋਣ ਵੀ ਕਈ, ਮੈਂ ਵੀ ਰੋਵਾਂ ਵੀ ਮੈਨੂੰ ਕਿੱਥੇ ਲੈ ਚੱਲੇ, ਮੈਨੂੰ ਕੀ ਲੈ ਚੱਲੇ, ਕੀ ਪਤਾ ਕਿੱਥੇ ਲੈ ਚੱਲੇ। ਤੁਹਾਡੇ ਪਿੰਡ ਦੇ ਬੰਦੇ ਸਾਰੇ ਇਕੱਠੇ ਹੋ ਗਏ? ਹਾਂਜੀ, ਵਾਹ ਵਾਹ, ਇਕੱਠੇ ਹੋ ਗਏ ਬੰਦੇ, ਮੋਹਾਰ ਮਤਲਬ ਜਿਵੇਂ ਮੱਲੇ ਦੇ ਬੰਦੇ। ਇਹ ਜਿਹੜਾ ਕਰਮ ਸਿਉਂ ਨੂੰ ਕਿਉਂ ਫੜ ਲਿਆ? ਹਾਂਜੀ, ਕਿਉਂ ਫੜ ਲਿਆ? ਉਹਨਾਂ ਨੂੰ ਫਿਰ ਲੋਕਾਂ ਨੂੰ ਦੱਸਿਆ ਉਹਦਾ ਭਰਾ ਕੇ ਛਾਪਾ ਮਾਰ ਕੇ ਫੜ ਕੇ ਲੈ ਗਿਆ। ਤੇ ਲੋਕਾਂ ਨੇ ਅਫਸੋਸ ਨਹੀਂ ਕੀਤਾ ਸੀ ਵੀ ਇਹ ਕਿਉਂ ਜਾ ਰਿਹਾ ਵਾਪਸ? ਫਿਰ ਕੋਈ ਆਖ ਨਹੀਂ ਸਕਦੇ, ਥਾਣੇਦਾਰ ਜੀ ਬੈਠੇ, ਪੁਲਿਸ ਹੈ। ਤੁਹਾਨੂੰ ਹੁਣ ਪੂਰੀ ਗਵਰਨਮੈਂਟ ਵੇਖ ਰਹੀ ਹੈ, ਹਿੰਦੁਸਤਾਨ ਦੀ ਵੀ। ਹਾਂਜੀ, ਇਹਨਾਂ ਨੂੰ ਕਹੋ ਨਾ ਕਿ ਮੈਂ ਮਿਲਣਾ ਚਾਹੁੰਦਾ, ਮੇਰੇ ਭਤੀਜੇ ਨੇ ਉੱਥੇ, ਮੇਰੇ ਵਿਛੜੇ ਭਾਈ ਦੀ ਨਿਸ਼ਾਨੀ ਹੈ। ਹਾਂਜੀ, ਉੱਥੋਂ ਦੇ ਵੱਡੇ ਲੋਕ ਤੁਹਾਨੂੰ ਵੇਖ ਰਹੇ ਨੇ, ਇਹਨਾਂ ਨੂੰ ਕਹੋ ਨਾ ਕਿ ਮੈਨੂੰ ਮਿਲਾਓ। ਅੱਛਾ ਜੀ, ਮਿਹਰਬਾਨੀ ਕਰੋ ਜੀ, ਮੈਨੂੰ ਜ਼ਰੂਰੀ ਤੇ ਮੈਂ ਭਰਾ ਦੀ ਖੁਆਇਸ਼ ਕਰਦਾ ਕਿ ਮੈਨੂੰ ਮਿਲਾਓ, ਮੇਰੇ ਬੱਚੇ ਜਾਂ ਮੇਰੇ ਭਤੀਜੇ।
ਮਿਹਰਬਾਨੀ ਤੁਹਾਡੀ, ਮੈਂ ਤੁਹਾਡੇ ਅੱਗੇ ਅਰਜ਼ ਕਰਦਾ ਕਿ ਮੈਨੂੰ ਜ਼ਰੂਰ ਮੇਲਾ ਕਰਾ ਦਿਓ ਕਿ ਮੇਰਾ ਖੂਨ ਹੈ, ਮੈਨੂੰ ਮੇਲਾ ਕਰੋ। ਮੈਨੂੰ ਖੂਨ ਦੀ ਬੜੀ ਕੋਸ਼ਿਸ਼ ਆ ਸੱਜਣੋ, ਤੁਹਾਡੇ ਚੱਕ 'ਚ ਰਿਹਾ ਮੈਂ, ਕੋਈ ਐਸਾ ਮਸਲਾ ਕੋਈ ਵਾਧਾ ਘਾਟਾ ਨਹੀਂ ਕੀਤਾ ਅਤੇ ਮੈਨੂੰ ਮਿਲਣਾ ਚਾਹੀਦਾ ਕਿ ਮੈਂ ਭਰਾ ਦੀ ਜਾਨ ਦੇ ਬੱਚੇ ਵੇਖ ਲਵਾਂ। ਮੈਨੂੰ ਕੋਸ਼ਿਸ਼ ਹੈ ਕਿ ਮੈਂ ਔਲਾਦ ਵੇਖ ਲਾ ਕਿ ਮੇਰੇ ਭਰਾ ਦੀ ਔਲਾਦ ਹੈਗੀ ਆ। ਬਸ ਤੁਹਾਡੀ ਮਿਹਰਬਾਨੀ ਹੈ ਜਨਾਬ, ਜੋ ਮੇਰੇ ਸੱਚੇ ਨਾਲ ਕੋਈ ਮੇਰੀ ਖਾਮੀ ਮੈਂ ਤੁਹਾਡੇ ਵਿੱਚ ਰਹਿ ਕੇ ਗਿਆ, ਕੋਈ ਨੁਕਸਾਨ ਕਿਸੇ ਦਾ ਝੂਠ ਚੋਰੀ ਮੈਂ ਕੋਈ ਨਹੀਂ ਕੀਤੀ, ਤੁਹਾਨੂੰ ਸਾਰਾ ਪਤਾ ਹੋਣਾ ਚਾਹੀਦਾ। ਇਨਸ਼ਾਅੱਲਾ ਤਾਲਾ ਅਤੇ ਮਿਹਰਬਾਨੀ ਹੈ ਅਤੇ ਮੈਨੂੰ ਮਿਲਾਓ, ਜ਼ਰੂਰ ਮਿਲਾਓ, ਮਿਹਰਬਾਨੀ ਤੁਹਾਡੀ, ਮੈਂ ਮਿਲਣਾ ਚਾਹੁੰਦਾ, ਤੁਹਾਡੀ ਮਿਹਰਬਾਨੀ ਹੈ, ਮੈਂ ਤੁਹਾਡੇ ਚੱਕ ਦੇ ਵਿੱਚ ਆਊਂਗਾ, ਮੈਨੂੰ ਲਿਆਓ ਆਖੋ, ਮੈਂ ਬੜਾ ਖੁਸ਼ ਹੋ ਕੇ ਤੁਹਾਨੂੰ ਮਿਲ, ਤੁਹਾਨੂੰ ਵੀ ਮਿਲੂੰਗਾ, ਉਹਨੂੰ ਵੀ ਮਿਲੂ, ਮੈਨੂੰ ਮਿਲਾ ਦਿਓ, ਮੇਰਾ ਖੂਨ ਮੈਨੂੰ ਮਿਲ ਪਵੇ, ਮੈਂ ਵੇਖ ਲਵਾਂ। ਭਤੀਜੇ? ਹਾਂਜੀ ਭਤੀਜਿਆਂ ਨੂੰ ਮੈਂ ਵੇਖ ਲਵਾਂ। ਹਾਂ, 100 ਸਾਲ ਦੀ ਉਮਰ ਵਿੱਚ ਆਪਣੇ ਭਰਾ ਦੀਆਂ ਨਿਸ਼ਾਨੀਆਂ ਵੇਖਣਾ ਚਾਹੁੰਦਾ ਹੈ, ਆਪਣੇ ਭਤੀਜਿਆਂ ਨੂੰ ਮਿਲਣਾ ਚਾਹੁੰਦਾ ਹੈ। ਹਾਂਜੀ ਸਾਰੇ, ਬਾਬਾ ਬਸ਼ੀਰ ਅਹਿਮਦ, ਪਿਓ ਦਾ ਨਾਂ ਖੈਰਦੀਨ, ਕੌਮ ਅਨਸਾਰੀ, ਪਿੰਡ ਪੰਜ ਗ੍ਰਾਈ ਕਲਾਂ, ਥਾਣਾ ਕੋਟ ਕਪੂਰਾ, ਰਿਆਸਤ ਫਰੀਦਕੋਟ। ਇਹਦਾ ਇੱਕ ਭਾਈ ਉੱਥੇ ਰਹਿ ਗਿਆ ਸੀ, ਉਹਦਾ ਨਾਂ ਰਸ਼ੀਦ ਅਹਿਮਦ ਸੀ, ਜਿਹਦਾ ਨਾਂ ਬਾਅਦ 'ਚ ਸਰਵਨ ਸਿਉਂ ਰੱਖ ਲਿਆ ਗਿਆ ਸੀ। ਉਹਨੇ ਆਪਣੀ ਜਾਨ ਬਚਾਉਣ ਪਰ ਉਹ ਰੱਖਿਆ ਸੀ। ਦੱਸਿਆ ਜਾਂਦਾ ਹੈ ਕਿ ਉਹ ਪਿੱਛੇ ਉਹਨਾਂ ਦਾ ਖਾਨਦਾਨ ਹੈ, ਉਹਨਾਂ ਦਾ ਟੱਬਰ ਹੈ, ਉਹ ਖੁਦ ਤਾਂ ਫੌਤ ਹੋ ਗਿਆ, ਜਿੰਨੀਆਂ ਕਿਤਲਾਵਾਂ ਸਾਨੂੰ ਮਿਲੀਆਂ ਨੇ। ਅਸੀਂ ਬੇਨਤੀ ਕਰਦੇ ਹਾਂ, ਅਸੀਂ ਮਿੰਨਤ ਕਰਦੇ ਹਾਂ ਹਕੂਮਤ ਦੇ ਵੱਡਿਆਂ ਦੀ, ਅਸੀਂ ਕਿ ਇਹਨਾਂ ਬਜ਼ੁਰਗਾਂ ਦਾ ਕੋਈ ਕਸੂਰ ਨਹੀਂ ਹੈ। ਇਹ ਅੱਜ ਵੀ ਪਿਆਰ ਅਤੇ ਮੁਹੱਬਤ ਦੀ ਗੱਲ ਕਰਦੇ ਨੇ, ਅੱਜ ਵੀ ਉੱਥੋਂ ਦੇ ਸਿੱਖਾਂ ਦਾ ਮੁਹੱਬਤ ਦੇ ਨਾਲ ਅਤੇ ਪਿਆਰ ਦੇ ਨਾਲ ਨਾਂ ਲੈਂਦੇ ਆ। ਅੱਜ ਵੀ ਇਹਨਾਂ ਦੀ ਅੱਖਾਂ ਦੇ ਹੰਝੂ ਸੱਦ ਮਾਰਦੇ ਆ ਆਪਣੇ ਵਿਛੜੇ ਹੋਏ ਭਰਾ ਨੂੰ, ਆਪਣੇ ਖੂਨ ਨੂੰ। ਉਹ ਲੋਕੋ, ਉਹ ਆਗੂ ਹੱਥ ਲੋਕੋ, ਇਹਨਾਂ ਦੇ ਦਿਲ 'ਚੋਂ ਨਿਕਲਦੀਆਂ ਹੋਈਆਂ ਚੀਕਾਂ ਸੁਣੋ, ਕੂਕਾਂ ਸੁਣੋ ਅਤੇ ਕੁਝ ਕਰੋ। ਜੇ ਰੱਬ ਨੂੰ ਰਾਜ਼ੀ ਕਰਨਾ ਚਾਹੁੰਦੇ ਹੋ, ਜੇ ਪ੍ਰਾਤਮਾ ਨੂੰ ਰਾਜ਼ੀ ਕਰਨਾ ਚਾਹੁੰਦੇ ਹੋ ਤਾਂ ਇਨਸਾਨ ਦਾ ਭਲਾ ਕਰੋ, ਇਨਸਾਨ ਦੀ ਕਦਰ ਕਰੋ। ਹੁਣ ਦੇਖਣ ਦੀ ਗੱਲ ਤਾਂ ਇਹ ਹੋਵੇਗੀ ਕਿ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਇਹਨਾਂ ਵਿਛੜੇ ਹੋਏ ਪਰਿਵਾਰਾਂ ਨੂੰ ਮਿਲਾ ਪਾਵੇਗੀ। ਬਿਊਰੋ ਰਿਪੋਰਟ, TV NRI।